ਤੂੰ ਇੱਥੇ ਆਏ ਜੇ ਸੀਐਮ ਸਾਹਿਬ ਦੇ ਘਰੇ ਗਏ ਜੇ ਕਦੀ ਸਰ ਦੇਖੋ ਜੋ ਸਾਨੂੰ ਕਹਿ ਲੈਣ ਸੀਐਮ ਸਾਹਿਬ ਦੇ ਘਰੇ ਗਏ ਜੇ ਕਦੀ ਕਦੋਂ ਗਏ ਦੱਸ ਨਹੀਂ ਨਹੀਂ ਸੀਐਮ ਸਾਹਿਬ ਨੂੰ ਕਦੀ ਇਹ ਪੁੱਛਿਆ ਜਾ ਕੇ ਵੀ ਰਾਸ਼ਨ ਘਰੇ ਪਹੁੰਚਿਆ ਕਿ ਨਹੀਂ ਕਿਸੇ ਦੇ पठानकोट के सात लगते कस्बा सरना में जब रात के करीब 8 बजे तक शराब के ठेके खुले रहे हैं, जबकि प्रशासन की ओर से शाम 6:30 बजे ठेका बंद करने के आदेश हैं। शराब के ठेके खुले होने की सूचना मिलते ही जब हमारी टीम ने मौके पर जाकर देखा तो वहां पर शराब के ठेके से शराब बेचने का सिलसिला लगातार चल रहा था। हमें वहां पर आते देख उन्होंने धीरे धीरे अपना शटर बंद करना शुरू कर दिया। जब हमने वहां पर काम करने वाले सेल्समैन से बात की कि आपने 6:30 बजे के बाद भी ठेके क्यों खोले हुए हैं, तो उसने अपनी गलती मानने की बजाय उल्टा पत्रकारों से ही सवाल पूछने शुरू कर दिए कि आप हमारे वेतन देंगे, मेरे घर में राशन भेजेंगे, मालिक हमें तनख्वाह देता है इसलिए हमें ठेके खोलने ही पड़ते हैं, आप जाओ। और सुनाते हैं कि शराब की दुकान पर काम करने वाले ने मुख्यमंत्री तक को नहीं बख्शा। देखें पठानकोट से कवल रवंधावा की खास रिपोर्ट। ले सुसी दा तुहानू दिखावे आई प्रशासन की छड़ तू प्रशासन तनखाह दे वीर जी मेरी सुन गल एक मिनट तनखाह मैनू तुसीं जदों ने ठेका बंद करा दिंदे वीर जी जे असीं तनखाह लैने ठेका सानू खोलना ही पैना ठीक है जे ਕੀ ਤੁਹਾਡਾ ਨਿਊਜ਼ ਚੈਨਲ ਤੁਹਾਡਾ ਸਾਨੂੰ ਤਨਖਾਹ ਦੇ ਸਕਦਾ ਵਾ ਨਹੀਂ ਨਹੀਂ ਤੁਹਾਡੇ ਮਾਲਕ ਕੀ ਕਹਿੰਦੇ ਤੁਹਾਨੂੰ ਕਿ 8 ਵਜੇ 6:30 ਵਜੇ ਤੁਸੀਂ ਇਹਨੂੰ ਤਨਖਾਹ ਦੇ ਸਕਦੇ ਜੇ ਨਹੀਂ ਨਹੀਂ 6:30 ਵਜੇ ਤੋਂ ਬਾਅਦ ਯਾਰ ਤੂੰ ਜਿਹੜੀ ਮੇਰੀ ਗੱਲ ਦਾ ਵੀ ਜਵਾਬ ਦੇ ਮੈਂ ਤੇਰੀ ਤਾਂ ਦੇ ਦੇਣਾ ਤਨਖਾਹ ਦੇ ਸਕਦੇ ਹਾਂ ਨੂੰ ਤੁਸੀਂ ਅਸੀਂ ਤਾਂ ਨਹੀਂ ਦੇ ਸਕਦੇ ਹਾਂ ਫਿਰ ਤੁਸੀਂ ਮਤਲਬ ਕਿ ਧੱਜੀਆਂ ਉਡਾ ਰਹੇ ਹੋ ਕਾਹਦੀਆਂ ਧੱਜੀਆਂ ਉਡਾ ਰਹੇ ਕਿਹੜਾ ਕਰਫਿਊ ਲਗਾ ਰਹੇ ਹੋ ਧੱਜੀਆਂ ਉਡਾ ਰਹੇ ਹੋ ਕਾਹਦੀਆਂ ਧੱਜੀਆਂ ਚਲੋ ਚਲੋ ਵੀਰ ਤੁਸੀਂ ਜਾਓ ਯਾਰ ਕੀ ਤੁਹਾਡਾ ਨਿਊਜ਼ ਚੈਨਲ ਸਾਡੇ 10 ਬੰਦੇ ਜਿੰਨੇ 12 ਕੰਮ ਕਰਦੇ ਸਰ ਸਭ ਆ ਗਿਆ ਰਹਿੰਦੇ ਰੁਕ ਜਾ ਭਾ ਨੂੰ ਆ ਰਹੇ ਹੋ 7 ਵਜੇ ਤੋਂ ਬਾਅਦ ਸੀਐਮ 7 ਵਜੇ ਸੀਐਮ ਸਾਹਿਬ ਨੇ ਕਿਹਾ ਕਿ 6:30 ਵਜੇ ਦੁਕਾਨਾਂ ਬੰਦ ਕੀਤੀ ਜਾਏ 7 ਵਜੇ ਤੱਕ ਦਾ ਕਰਫਿਊ ਹੈ 7 ਵਜੇ ਤੋਂ ਬਾਅਦ 8 ਵਜੇ ਦੀ ਆ ਸਰ ਇੱਕ ਮਿੰਟ ਸੀਐਮ ਸਾਹਿਬ ਨੂੰ ਪੁੱਛੋ ਜਾ ਕੇ ਰਾਸ਼ਨ ਕਿੰਨਿਆਂ ਘਰਾਂ 'ਚ ਪਹੁੰਚਾਉਣ ਡਿਆ ਸੀਐਮ ਸਾਹਿਬ ਦੱਸੋ ਜੀ ਜੀ ਤੁਸੀਂ ਇੱਥੇ ਆਏ ਜੇ ਸੀਐਮ ਸਾਹਿਬ ਦੇ ਘਰੇ ਗਏ ਜੇ ਕਦੀ ਸਰ ਦੇਖੋ ਜੋ ਸਾਨੂੰ ਕਹਿ ਲੈਣ ਸੀਐਮ ਸਾਹਿਬ ਦੇ ਘਰੇ ਗਏ ਜੇ ਕਦੀ ਕਦੋਂ ਗਏ ਦੱਸ ਨਹੀਂ ਨਹੀਂ ਸੀਐਮ ਸਾਹਿਬ ਨੂੰ ਕਦੀ ਇਹ ਪੁੱਛਿਆ ਜਾ ਕੇ ਵੀ ਰਾਸ਼ਨ ਘਰੇ ਪਹੁੰਚਿਆ ਕਿ ਨਹੀਂ ਕਿਸੇ ਦੇ